ਨੰਬਰ 7 ਖੜਨ ਲਈ ਬਹਿਣਾ ਬਾਹਾਂ ਵਾਲੀ ਮਜ਼ਬੂਤ ਕੁਰਸੀ ਵਿੱਚ ਸਿੱਧੇ ਬੈਠੋ ਜੇ ਤੁਹਾਨੂੰ ਵਾਕਰ ਦੀ ਲੋੜ ਹੋਵੇ ਤਾਂ ਇਸ ਨੂੰ ਬ੍ਰੇਕਾਂ ਲਾ ਕੇ ਸਾਹਮਣੇ ਖੜਾ ਕਰੋ ਆਪਣੀਆਂ ਬਾਹਾਂ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਹੋਏ ਖੜ੍ਹੇ ਹੋਵੋ ਹੌਲੀ ਹੌਲੀ ਬੈਠੋ ਬਾਹਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਕਰੋ ਮੈਕਸੀਮਮ 15 ਵਾਰੀ ਆਪਣੀ ਬਾਹਾਂ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਤੇਜ਼ੀ ਨਾਲ ਖੜ੍ਹੇ ਹੋਵੋ ਆਪਣੇ ਆਪ ਨੂੰ ਜੱਫੀ ਪਾ ਕੇ ਉੱਠਣ ਦੀ ਕੋਸ਼ਿਸ਼ ਕਰੋ ਬਹੁਤ ਵਧੀਆ ਤੁਸੀਂ ਪੱਧਰ 3 ਵੀ ਕਰ ਲਿਆ ਹੈ ਇਹ ਸਾਰੀਆਂ ਕਸਰਤਾਂ ਰੋਜ਼ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖ ਸਕਦੇ ਹੋ